ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਸੇਵਾ ਮੁਕਤ ਕਰਤਾ ਗਿਆ ਸੀ। ਇਸ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਜਥੇਦਾਰ ਗੁਰਮੁਖ ਸਿੰਘ ਦੇ ਪੱਖ ਵਿੱਚ ਆ ਗਈਆਂ ਨੇ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਨੇ ਇਸ ਕਾਰਵਾਈ ਨੂੰ ਨਿਯਮਾਂ ਦੀ ਉਲੰਘਣਾ ਕਰਾਰ ਦੇ ਕੇ ਸ਼੍ਰੋਮਣੀ ਕਮੇਟੀ ਵੱਲੋਂ ਲਏ ਫੈਸਲੇ ਦੀ ਆਲੋਚਨਾ ਕੀਤੀ ਹੈ। ਆਗੂਆਂ ਨੇ ਇੱਥੋਂ ਤੱਕ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀ ਟਰਮ ਪੂਰੀ ਕਰ ਚੁੱਕੀ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਨੂੰ SCPC ਦੀਆਂ ਚੋਣਾਂ ਵੀ ਕਰਾਉਣੀਆਂ ਚਾਹੀਦੀਆਂ ਹਨ। ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ। ਪਰੰਪਰਾਵਾਂ ਦਾ ਇੱਕ ਹੋਰ ਇਹਨਾਂ ਨੇ ਅਨਰਥ ਕੀਤਾ ਹੈ। ਸਿੱਖ ਪਰੰਪਰਾਵਾਂ ਅਤੇ ਸਿੱਖ ਰਹਿਤ ਜਿਸ ਤਰ੍ਹਾਂ ਹੈ ਵੀ ਤਖ਼ਤ ਦੇ ਜਥੇਦਾਰ ਨੂੰ ਸੱਚੀ ਗੱਲ ਕਰਨ ਤੋਂ ਅਤੇ ਉਹਨੂੰ ਸਜ਼ਾ ਦਿੱਤੀ ਗਈ ਵੀ ਨੌਕਰੀ ਤੋਂ, ਜੇ ਉਹਨੇ ਸੱਚੀ ਕਹਾਣੀ ਦੱਸੀ ਹੈ ਵੀ ਇਹ ਬਾਦਲ ਇਸ ਤਰ੍ਹਾਂ ਕਰਦਾ ਜੀ ਵੀ ਇਸ ਤਰ੍ਹਾਂ ਕਰਦੀ ਹੈ ਅਤੇ ਉਹ ਸਜ਼ਾ ਦਿੰਦੇ ਨੌਕਰੀ 'ਚ ਕੱਢਣ ਦੀ, ਉਹਦਾ ਕੋਈ ਇਨਕੁਆਇਰੀ ਨਹੀਂ, ਕੋਈ ਬੋਰਡ ਨਹੀਂ, ਕੋਈ ਕਮੇਟੀ ਨਹੀਂ, ਬਹੁਤ ਮੰਦਭਾਗੀ ਹੈ। ਯਾਨੀ ਕੋਈ ਉਹਨਾਂ ਨੂੰ ਨੋਟਿਸ ਵਗੈਰਾ ਵੀ ਸਰਵ ਨਹੀਂ ਕੀਤਾ, ਕੋਈ ਮਨਮਰਜ਼ੀ ਨਾਲ। ਤੁਸੀਂ ਹੁਣ ਕੀ ਡਿਮਾਂਡ ਕਰਦੇ ਹੋ, ਕੀ ਹੋਣਾ ਚਾਹੀਦਾ? ਅਸੀਂ ਸਿੱਖਾਂ ਨੂੰ ਅਪੀਲ ਕਰਦੇ ਹਾਂ ਵੀ ਬਹੁਤ ਨੁਕਸਾਨ ਹੋ ਗਿਆ, ਬਹੁਤ ਹੋ ਗਿਆ, ਜਿਵੇਂ ਪੰਜਾਬ ਦੇ ਲੋਕਾਂ ਨੇ ਗੱਦੀ ਤੋਂ ਪਾਸੇ ਕੀਤਾ ਇਹਨਾਂ ਨੂੰ, ਇਸ ਤਰ੍ਹਾਂ ਹੀ ਧਾਰਮਿਕ ਰੀਤਾਂ ਤੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਇਹਨਾਂ ਨੂੰ ਪਾਸੇ ਕੀਤਾ ਜਾਵੇ ਅਤੇ ਸਟੇਟ ਨੂੰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਬਹੁਤ ਹੋ ਗਿਆ, SGPC ਦਾ ਸਮਾਂ ਪੂਰਾ ਹੋ ਚੁੱਕਿਆ ਅਤੇ ਜਲਦੀ ਜਲਦੀ SGPC ਦੇ ਇਲੈਕਸ਼ਨ ਕਰਾਏ ਜਾਣ।